ਹੈਲੋ ਦੋਸਤੋ, ਹੈਲਥ ਸਮਾਧਾਨ ਵਿੱਚ ਤੁਹਾਡਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ। ਅੱਜ ਕੱਲ੍ਹ ਲੋਕ ਆਪਣੀ ਸਿਹਤ ਨੂੰ ਠੀਕ ਰੱਖਣ ਲਈ ਪੌਸ਼ਟਿਕ ਖਾਣਾ ਖਾਂਦੇ ਹਨ। ਉਹਨਾਂ ਵਿੱਚੋਂ ਬਹੁਤ ਸਾਰੇ ਲੋਕ ਆਪਣੀ ਸਵੇਰ ਦੀ ਸ਼ੁਰੂਆਤ ਅੰਡੇ ਅਤੇ ਦੁੱਧ ਦੇ ਨਾਲ ਕਰਦੇ ਹਨ। ਜੇ ਕੁਝ ਲੋਕ ਦੁੱਧ ਅਤੇ ਅੰਡੇ ਨੂੰ ਮਿਲਾ ਕੇ ਪੀਂਦੇ ਹਨ ਤਾਂ ਉੱਥੇ ਕੁਝ ਲੋਕ ਉਬਲੇ ਅੰਡੇ ਨੂੰ ਦੁੱਧ ਦੇ ਨਾਲ ਸੇਵਨ ਕਰਦੇ ਹਨ। ਲੇਕਿਨ ਸ਼ਾਇਦ ਹੀ ਕੁਝ ਲੋਕ ਇਹ ਜਾਣਦੇ ਹਨ ਕਿ ਇਹਨਾਂ ਦੋਨਾਂ ਦੇ ਮਿਸ਼ਰਣ ਦੇ ਨਾਲ ਆਪਣੇ ਸਰੀਰ ਨੂੰ ਕਿਹੜੇ ਕਿਹੜੇ ਫਾਇਦੇ ਹੁੰਦੇ ਹਨ। ਦੁੱਧ ਅਤੇ ਆਂਡੇ ਨੂੰ ਇਕੱਠੇ ਖਾਣ ਦੇ ਨਾਲ ਉਸ ਵਿੱਚ ਪ੍ਰੋਟੀਨ, ਜ਼ਿੰਕ, ਵਿਟਾਮਿਨ ਅਤੇ ਕੈਲਸ਼ੀਅਮ ਦੀ ਮਾਤਰਾ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਤਾਂ ਦੋਸਤੋ, ਆਈਏ ਤੁਹਾਨੂੰ ਦੱਸਦੇ ਹਾਂ ਕਿ ਦੁੱਧ ਅਤੇ ਆਂਡੇ ਨੂੰ ਮਿਲਾ ਕੇ ਸੇਵਨ ਕਰਨ ਦੇ ਨਾਲ ਆਪਣੇ ਸਰੀਰ ਨੂੰ ਕਿਹੜੇ ਕਿਹੜੇ ਫਾਇਦੇ ਹੁੰਦੇ ਹਨ। ਤਾਂ ਦੋਸਤੋ, ਇੱਕ ਆਂਡਾ ਖਾਣ ਨਾਲ ਤੁਹਾਨੂੰ 6 ਗ੍ਰਾਮ ਪ੍ਰੋਟੀਨ ਮਿਲਦਾ ਹੈ, ਨਾਲ ਹੀ ਇੱਕ ਵੱਡੀ ਮਾਤਰਾ ਦੇ ਵਿੱਚ ਤੁਹਾਨੂੰ ਨਿਊਟ੍ਰੀਸ਼ਨ ਮਿਲਦਾ ਹੈ। ਇਸ ਵਿੱਚ ਵਿਟਾਮਿਨ ਸੀ ਨਹੀਂ ਹੁੰਦਾ। ਉਬਲਿਆ ਹੋਇਆ ਆਂਡਾ ਸਵੇਰੇ ਨਾਸ਼ਤੇ ਦੇ ਵਿੱਚ ਦੁੱਧ ਦੇ ਨਾਲ ਖਾਣਾ ਚਾਹੀਦਾ ਹੈ। ਇਸ ਤੋਂ ਤੁਹਾਨੂੰ ਤਾਕਤ ਮਿਲੇਗੀ ਅਤੇ ਤੁਹਾਡਾ ਸਟੈਮਿਨਾ ਵੀ ਵੱਧ ਜਾਵੇਗਾ। ਕਈ ਲੋਕਾਂ ਦੇ ਸਰੀਰ ਦੇ ਵਿੱਚ ਆਇਰਨ ਦੀ ਕਮੀ ਹੁੰਦੀ ਹੈ, ਜਿਸ ਦੇ ਨਾਲ ਉਹਨਾਂ ਨੂੰ ਸਿਰ ਦਰਦ, ਚਿੜਚਿੜਾਪਨ, ਸਰੀਰ ਦਰਦ, ਖੂਨ ਦੀ ਕਮੀ ਦੀ ਸ਼ਿਕਾਇਤ ਹੁੰਦੀ ਹੈ। ਆਂਡੇ ਦੇ ਪੀਲੇ ਭਾਗ ਦੇ ਵਿੱਚ ਆਇਰਨ ਦੀ ਭਰਪੂਰ ਮਾਤਰਾ ਹੁੰਦੀ ਹੈ, ਜਿਸ ਨੂੰ ਖਾਣ ਦੇ ਨਾਲ ਖੂਨ ਵੱਧਦਾ ਹੈ ਅਤੇ ਨਾਲ ਹੀ ਮੈਟਾਬੋਲਿਜ਼ਮ ਵੱਧਦਾ ਹੈ। ਤਾਂ ਦੋਸਤੋ, ਗਰਭਵਤੀ ਔਰਤਾਂ ਨੂੰ ਅਕਸਰ ਹੀ ਖੂਨ ਦੀ ਘਾਟ ਹੁੰਦੀ ਹੈ, ਇਸ ਲਈ ਉਹਨਾਂ ਨੂੰ ਆਂਡੇ ਖਾਣ ਦੀ ਮੁੱਖ ਰੂਪ 'ਤੇ ਸਲਾਹ ਦਿੱਤੀ ਜਾਂਦੀ ਹੈ। ਤਾਂ ਦੋਸਤੋ, ਆਂਡੇ ਦੇ ਵਿੱਚ ਵਿਟਾਮਿਨ ਏ ਹੁੰਦਾ ਹੈ, ਜੋ ਵਾਲਾਂ ਅਤੇ ਅੱਖਾਂ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਕਹਿੰਦੇ ਹਨ ਕਿ ਜੋ ਬੱਚੇ ਬਚਪਨ ਤੋਂ ਹੀ ਆਂਡੇ ਦਾ ਸੇਵਨ ਕਰਦੇ ਹਨ, ਉਹਨਾਂ ਦੀ ਆਈਸਾਈਡ ਜੋ ਆਂਡੇ ਦਾ ਸੇਵਨ ਨਹੀਂ ਕਰਦੇ ਹਨ ਉਹਨਾਂ ਦੇ ਮੁਕਾਬਲੇ ਜ਼ਿਆਦਾ ਹੁੰਦੀ ਹੈ। ਆਂਡੇ ਦੇ ਵਿੱਚ ਮੌਜੂਦ ਵਿਟਾਮਿਨ ਡੀ ਸਰੀਰ ਦੇ ਅੰਦਰ ਰੋਗ ਰੋਕਣ ਵਾਲੀ ਸਮਰੱਥਾ ਨੂੰ ਵਧਾਉਂਦਾ ਹੈ। ਅਗਰ ਦੋਸਤੋ, ਜੇ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਂਡੇ ਨੂੰ ਜ਼ਰੂਰ ਆਪਣੀ ਡਾਇਟ ਦੇ ਵਿੱਚ ਸ਼ਾਮਿਲ ਕਰੋ, ਲੇਕਿਨ ਤੁਹਾਨੂੰ ਸਿਰਫ ਇਸਦਾ ਸਫੇਦ ਵਾਲਾ ਹੀ ਹਿੱਸਾ ਖਾਣਾ ਹੈ, ਕਿਉਂਕਿ ਦੋਸਤੋ, ਇੱਕ ਆਂਡੇ ਦੇ ਸਫੇਦ ਭਾਗ ਦੇ ਵਿੱਚ 17 ਕੈਲਰੀਜ਼ ਹੁੰਦੀਆਂ ਹਨ, ਜਿਸ ਨੂੰ ਖਾਣ ਦੇ ਨਾਲ ਆਪਾਂ ਨੂੰ ਹੋਰ ਪੋਸ਼ਕ ਤੱਤ ਮਿਲ ਜਾਂਦੇ ਹਨ। ਤੁਸੀਂ ਦੁੱਧ ਅਤੇ ਆਂਡੇ ਦਾ ਸੇਵਨ ਦਿਮਾਗ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ, ਕਿਉਂਕਿ ਦੋਸਤੋ, ਇਸ ਦੇ ਵਿੱਚ ਕਾਲਿਨ ਹੁੰਦਾ ਹੈ। ਕਾਲਿਨ ਇੱਕ ਇਹੋ ਜਿਹਾ ਪੋਸ਼ਕ ਤੱਤ ਹੈ ਜੋ ਦਿਮਾਗ ਨੂੰ ਤੇਜ਼ ਬਣਾਉਣ ਅਤੇ ਉਸਦੇ ਵਿਕਾਸ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦਾ ਹੈ। ਤਾਂ ਦੋਸਤੋ, ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਬੁੱਢੇ ਲੋਕਾਂ ਨੂੰ ਇਸ ਦੀ ਜ਼ਰੂਰਤ ਹੁੰਦੀ ਹੈ। ਦੁੱਧ ਅਤੇ ਆਂਡੇ ਦਾ ਮਿਸ਼ਰਣ ਵਿੱਚ ਵਿਟਾਮਿਨ B12 ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਜਿਸ ਦੇ ਨਾਲ ਦਿਮਾਗ ਬਹੁਤ ਤੇਜ਼ ਹੋ ਜਾਂਦਾ ਹੈ। ਤਾਂ ਦੋਸਤੋ, ਆਂਡੇ ਵਿੱਚ ਸਭ ਤੋਂ ਜ਼ਿਆਦਾ ਪ੍ਰੋਟੀਨ ਹੁੰਦਾ ਹੈ। ਪ੍ਰੋਟੀਨ ਦੀ ਵਰਤੋਂ ਨਾਲ ਸਰੀਰ ਵਿੱਚ ਸਾਰੇ ਟਿਸ਼ੂਜ਼ ਬਣਦੇ ਹਨ, ਨਾਲ ਹੀ ਜਿਹੜੇ ਪੁਰਾਣੇ ਟਿਸ਼ੂਜ਼ ਹੁੰਦੇ ਹਨ ਉਹਨਾਂ ਦੀ ਦੇਖਭਾਲ ਹੁੰਦੀ ਹੈ, ਅਤੇ ਪ੍ਰੋਟੀਨ ਦੇ ਨਾਲ ਇਮੋਨੋ ਐਸਿਡ ਬਣਦਾ ਹੈ। ਲੇਕਿਨ ਇਹ ਸਰੀਰ ਦੇ ਵਿੱਚ ਨਹੀਂ ਬਣਦਾ। ਸਾਨੂੰ ਇਹੋ ਜਿਹਾ ਖਾਣਾ ਖਾਣਾ ਚਾਹੀਦਾ ਹੈ ਜਿਸ ਦੇ ਵਿੱਚ ਪ੍ਰੋਟੀਨ ਹੋਵੇ, ਕਿਉਂਕਿ ਜਿਸ ਵਿੱਚ ਪ੍ਰੋਟੀਨ ਹੁੰਦਾ ਹੈ ਉਸ ਦੇ ਵਿੱਚ ਬਰਾਬਰ ਮਾਤਰਾ ਵਿੱਚ ਇਮੋਨੋ ਐਸਿਡ ਵੀ ਹੁੰਦਾ ਹੈ, ਜਿਸ ਦੀ ਸਾਡੇ ਸਰੀਰ ਨੂੰ ਬਹੁਤ ਲੋੜ ਹੁੰਦੀ ਹੈ, ਅਤੇ ਆਂਡਾ ਪ੍ਰੋਟੀਨ ਦਾ ਖਜ਼ਾਨਾ ਹੈ। ਦੋਸਤੋ, ਕੈਲਸ਼ੀਅਮ ਦੀ ਕਮੀ ਨਾਲ ਹੱਡੀਆਂ, ਦੰਦ, ਨਾਖੂਨ ਕਮਜ਼ੋਰ ਹੋ ਜਾਂਦੇ ਹਨ, ਅਤੇ ਫਿਰ ਹੱਡੀਆਂ ਨੂੰ ਮਜ਼ਬੂਤ ਕਰਨ ਲਈ ਆਪਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਦਾ ਸਹਾਰਾ ਲੈਣਾ ਪੈਂਦਾ ਹੈ। ਤਾਂ ਦੋਸਤੋ, ਦਵਾਈਆਂ ਤੋਂ ਅੱਛਾ ਹੈ ਦੁੱਧ ਅਤੇ ਆਂਡੇ ਦਾ ਪ੍ਰਯੋਗ ਕਰੀਏ, ਇਸ ਦੇ ਨਾਲ ਆਪਣੀਆਂ ਹੱਡੀਆਂ, ਦੰਦ ਅਤੇ ਨਾਖੂਨ ਮਜ਼ਬੂਤ ਹੋ ਜਾਂਦੇ ਹਨ। ਤਾਂ ਦੋਸਤੋ, ਆਂਡੇ ਦੀ ਸਫੇਦੀ ਵਿੱਚ 0 ਕੋਲੈਸਟਰੋਲ ਹੁੰਦਾ ਹੈ, ਇਸ ਵਿੱਚ 17 ਕੈਲਰੀਜ਼ ਅਤੇ ਆਂਡੇ ਦੀ ਸਫੇਦੀ ਵਿੱਚ ਉਸਦੇ ਪੀਲੇ ਭਾਗ ਨਾਲੋਂ ਜ਼ਿਆਦਾ ਪ੍ਰੋਟੀਨ ਹੁੰਦਾ ਹੈ। ਇਸ ਦੇ ਵਿੱਚ 0% ਕੋਲੈਸਟਰੋਲ ਹੁੰਦਾ ਹੈ, ਜਿਸ ਦੇ ਨਾਲ ਇਸ ਨੂੰ ਕੋਈ ਵੀ ਸੌਖੇ ਨਾਲ ਖਾ ਸਕਦਾ ਹੈ, ਅਤੇ ਇਸ ਦੇ ਵਿੱਚ ਫੈਟ ਬਹੁਤ ਘੱਟ ਹੁੰਦਾ ਹੈ। ਤਾਂ ਦੋਸਤੋ, ਦੂਜੀ ਤਰਫ ਆਂਡੇ ਦੀ ਸਫੇਦੀ ਨਾਲੋਂ ਜ਼ਿਆਦਾ ਪੋਸ਼ਕ ਤੱਤ ਉਸਦੇ ਪੀਲੇ ਭਾਗ ਵਿੱਚ ਹੁੰਦੇ ਹਨ। ਇਸ ਵਿੱਚ ਵਿਟਾਮਿਨ, ਮਿਨਰਲਸ ਸਭ ਤੋਂ ਜ਼ਿਆਦਾ ਹੁੰਦਾ ਹੈ, ਜਿਸ ਦੇ ਕਾਰਨ ਇਹ ਸਕਿਨ ਅਤੇ ਵਾਲਾਂ ਦੇ ਲਈ ਬੈਸਟ ਹੁੰਦਾ ਹੈ। ਤਾਂ ਦੋਸਤੋ, ਆਂਡੇ ਦੇ ਫਾਇਦੇ ਤਾਂ ਬਹੁਤ ਹੈ, ਲੇਕਿਨ ਇਸ ਤੋਂ ਕੁਝ ਨੁਕਸਾਨ ਵੀ ਹਨ, ਜਿਸ ਦੀ ਜਾਣਕਾਰੀ ਹੋਣਾ ਤੁਹਾਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ, ਤਾਂ ਕਿ ਤੁਸੀਂ ਇਸ ਨੂੰ ਇੱਕ ਨਿਯਮਿਤ ਮਾਤਰਾ ਦੇ ਵਿੱਚ ਹੀ ਆਪਣੀ ਡਾਇਟ ਦੇ ਵਿੱਚ ਸ਼ਾਮਿਲ ਕਰੋ। ਆਂਡਾ ਖਾਣ ਤੋਂ ਪਹਿਲਾਂ ਤੁਸੀਂ ਇਸ ਨੂੰ ਜ਼ਰੂਰ ਵੇਖ ਲਵੋ ਕਿ ਇਹ ਚੰਗੇ ਨਾਲ ਪੱਕਿਆ ਹੈ ਕਿ ਨਹੀਂ। ਕੱਚਿਆ ਜਾਂ ਅੱਧ ਪੱਕਿਆ ਆਂਡਾ ਸਿਹਤ ਲਈ ਨੁਕਸਾਨਦਾਇਕ ਹੁੰਦਾ ਹੈ, ਇਸ ਤੋਂ ਆਪਾਂ ਨੂੰ ਫੂਡ ਪੋਇਜ਼ਨਿੰਗ ਹੋ ਸਕਦੀ ਹੈ। ਅੱਧ ਪੱਕਿਆ ਆਂਡਾ ਖਾਣ ਦੇ ਨਾਲ ਉਲਟੀ, ਢਿੱਡ ਦਰਦ, ਢਿੱਡ ਖਰਾਬ ਹੋਣ ਵਰਗੀਆਂ ਸ਼ਿਕਾਇਤਾਂ ਹੋ ਸਕਦੀਆਂ ਹਨ। ਆਂਡੇ ਦੀ ਸਫੇਦੀ ਦੇ ਵਿੱਚ ਬਹੁਤ ਜ਼ਿਆਦਾ ਸੋਡੀਅਮ ਹੁੰਦਾ ਹੈ, ਅਤੇ ਜਿਨ੍ਹਾਂ ਲੋਕਾਂ ਨੂੰ ਸੋਡੀਅਮ ਨਹੀਂ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਉਹਨਾਂ ਨੂੰ ਆਂਡਾ ਸੋਚ ਸਮਝ ਕੇ ਹੀ ਡਾਇਟ ਦੇ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ।
ਤੇ ਦੋਸਤੋ ਜਿਸ ਕਿਸੇ ਨੂੰ ਬਲੱਡ ਪ੍ਰੈਸ਼ਰ, ਡਾਇਬਟੀਜ਼ ਅਤੇ ਹਾਈ ਕੋਲੇਸਟ੍ਰੋਲ ਦੀ ਪਰੇਸ਼ਾਨੀ ਹੈ, ਉਹਨਾਂ ਨੂੰ ਆਂਡਾ ਸੋਚ ਸਮਝ ਕੇ ਹੀ ਖਾਣਾ ਚਾਹੀਦਾ ਹੈ। ਉਹਨਾਂ ਲੋਕਾਂ ਨੂੰ ਹਫ਼ਤੇ ਦੇ ਵਿੱਚ 2 ਤੋਂ ਜ਼ਿਆਦਾ ਆਂਡੇ ਨਹੀਂ ਖਾਣੇ ਚਾਹੀਦੇ, ਕਿਉਂਕਿ ਇਸ ਦੇ ਵਿੱਚ ਕੋਲੇਸਟ੍ਰੋਲ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਦੁੱਧ ਦੇ ਨਾਲ ਕੱਚਾ ਆਂਡਾ ਖਾਣ ਦੀ ਬਜਾਏ ਤੁਸੀਂ ਉਬਲਿਆ ਹੋਇਆ ਆਂਡਾ ਖਾਓ, ਉਹ ਸਿਹਤ ਲਈ ਜ਼ਿਆਦਾ ਬੈਟਰ ਹੁੰਦਾ ਹੈ। ਤਾਂ ਦੋਸਤੋ ਹੁਣ ਤੁਸੀਂ ਜਾਣ ਹੀ ਚੁੱਕੇ ਹੋ ਕਿ ਆਪਾਂ ਨੂੰ ਦੁੱਧ ਦੇ ਨਾਲ ਆਂਡਾ ਖਾਣ ਦੇ ਕਿੰਨੇ ਜ਼ਿਆਦਾ ਫਾਇਦੇ ਹਨ, ਤਾਂ ਤੁਸੀਂ ਇਸ ਨੂੰ ਆਪਣੀ ਡਾਇਟ ਦੇ ਵਿੱਚ ਸ਼ਾਮਿਲ ਕਰੋ। ਤਾਂ ਦੋਸਤੋ ਅੱਜ ਦੇ ਵੀਡੀਓ ਦੇ ਵਿੱਚ ਇੰਨਾ ਹੀ। ਜੇ ਤੁਹਾਨੂੰ ਇਹ ਟਿਪਸ, ਇਹ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ, ਅਤੇ ਜੇਕਰ ਤੁਸੀਂ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰ ਲਵੋ। ਅਤੇ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।